ਕਰਨ ਘਰਾਲੇ ਦਾ ਬਿੱਲੋ ਤੇਜ਼ ਮਾਇੰਡ ਵਾਲੇ ਦਾ। ਲਓ ਜੀ ਕਰਨ ਦੇ ਪਿੰਡ ਆ ਗਏ ਜੀ, ਕਰਨ ਔਜਲੇ ਦੇ ਘਰਾਲੇ ਪਿੰਡ ਦੇ ਵਿੱਚ। ਇਹ ਹੈ ਜੀ ਘਰਾਲੇ ਪਿੰਡ ਦਾ ਪੂਰਾ ਦ੍ਰਿਸ਼। ਤੁਰ ਫਿਰ ਕੇ ਪਿੰਡ ਦੇ ਦਰਸ਼ਨ ਕਰਾਵਾਂਗੇ, ਪਿੰਡ ਘੁਮਾਵਾਂਗੇ ਜੀ ਕਰਨ ਘਰਾਲੇ ਵਾਲਾ, ਅਤੇ ਸਾਰੀਆਂ ਗੱਲਾਂ ਬਾਤਾਂ ਆਪਾਂ ਪਿੰਡ ਦਿਆਂ ਨਾਲ ਕਰਾਂਗੇ। ਕਰਨ ਘਰਾਲੇ ਦਾ ਆਪਾਂ ਕਰਨ ਔਜਲੇ ਦਾ ਘਰ ਵੀ ਦਿਖਾਵਾਂਗੇ ਤੁਹਾਨੂੰ ਅੱਗੇ ਚੱਲ ਕੇ, ਅਤੇ ਸਾਰਾ ਪਿੰਡ ਵੀ ਘੁਮਾਵਾਂਗੇ। ਆ ਜਾਓ ਫਿਰ ਕਰਦੇ ਹਾਂ ਸੈਰ ਕਰਨ ਘਰਾਲੇ ਵਾਲੇ ਦੀ, ਯਾਨੀ ਕਰਨ ਔਜਲੇ ਦੇ ਪਿੰਡ ਦੀ ਸੈਰ। ਸਤਿ ਸ਼੍ਰੀ ਅਕਾਲ ਅੰਕਲ ਜੀ। ਕਰਨ ਔਜਲੇ ਦਾ ਘਰ ਕਿੱਧਰ ਨੂੰ ਹੈ ਜੀ? ਸ਼ੁਕਰੀਆ ਅੰਕਲ ਜੀ। ਦੋਸਤੋ ਆਹ ਚੀਜ਼ ਤੁਹਾਨੂੰ ਦਿਖਾਈਏ, ਰਿਹਾਇਸ਼ ਕਰਨ ਔਜਲਾ। ਆਹ ਲਿਖਿਆ ਪਿਆ ਤੁਸੀਂ ਦੇਖ ਸਕਦੇ ਹੋ ਸਾਹਮਣੇ, ਕਰਨ ਔਜਲਾ ਰਿਹਾਇਸ਼, ਅਤੇ ਇੱਧਰ ਨੂੰ ਰਿਹਾਇਸ਼ ਹੈ ਜੀ। ਉਹ ਸ਼ਾਇਦ ਨਾਂ ਦਿਸ ਰਹੀ ਹੋਵੇ, ਪੀਲੇ ਪੀਲੇ ਅੱਖਰਾਂ 'ਚ ਰਿਹਾਇਸ਼ ਲਿਖਿਆ ਹੋਇਆ ਅੱਗੇ ਰੈੱਡ ਐਰੋ ਦੇ ਕੋਲ, ਅਤੇ ਇੱਧਰ ਨੂੰ ਹੈ ਜੀ ਘਰ। ਲੱਗਦਾ ਜੀ ਇਹੀ ਕੋਠੀ ਹੈ ਜੋ ਕਰਨ ਔਜਲੇ ਦੀ ਹੈ, ਅਤੇ ਬਾਕੀ ਪੁੱਛਦੇ ਹਾਂ ਪਤਾ ਕਰਦੇ ਹਾਂ। ਸ਼ਾਇਦ ਮੈਨੂੰ ਤਾਂ ਇਹੀ ਲੱਗਦਾ ਕੋਠੀ ਦੇਖ ਕੇ, ਕਿਉਂਕਿ ਕੋਠੀ ਬੜੀ ਵੱਡੀ ਸ਼ਾਨਦਾਰ ਕੋਠੀ ਬਣਾਈ ਹੈ। ਚਲੋ ਪਤਾ ਕਰਦੇ ਹਾਂ ਕਿਸੇ ਤੋਂ ਵੀ ਇਹੀ ਕੋਠੀ ਹੈ ਜਾਂ ਕੋਈ ਹੋਰ ਹੈ ਕੰਮ ਚੱਲ ਰਿਹਾ ਜੀ। ਅੰਕਲ ਜੀ ਇਹੀ ਕੋਠੀ ਹੈ ਕਰਨ ਔਜਲੇ ਦੀ ਜੀ? ਹੈਂ, ਇਹੀ ਕੋਠੀ ਹੈ? ਹਾਂ। ਹੁਣ ਤਾਂ ਨਹੀਂ ਇੱਥੇ ਪਿੰਡ 'ਚ ਨਹੀਂ, ਕਿੱਥੇ ਚੱਲੇ ਹੁਣ? ਪਿੰਡ ਹੈ ਜਾਂ ਕਿਤੇ ਜਾ ਰਿਹਾ ਬਾਹਰ? ਕਨੇਡਾ। ਕਨੇਡਾ? ਘਰੇ ਕੌਣ ਇਹਨਾਂ ਦੇ ਫਿਰ? ਘਰੇ ਕੋਈ ਵੀ ਨਹੀਂ। ਇਹ ਕਹਿੰਦੇ ਚਾਚਾ ਇਹਨਾਂ ਦਾ? ਆ ਚਾਚਾ ਲੈ ਜਾ। ਅੱਛਾ ਠੀਕ ਹੈ ਜੀ। ਚਲੋ ਦੋਸਤੋ ਦੇਖਦੇ ਹਾਂ, ਚਾਚਾ ਜੀ ਨਾਲ ਗੱਲਬਾਤ ਕਰਾਂਗੇ, ਅਤੇ ਬਾਕੀ ਕੀ ਗੱਲਬਾਤ ਕਰਦੇ ਆ ਹੈ ਜੀ, ਪੁੱਛ ਲਾਂਗੇ ਜੀ ਗੱਲਬਾਤ ਉਹਨਾਂ ਬਾਰੇ ਕੁਛ ਨਾ ਕੁਛ। ਜ਼ਰੂਰ ਜੁੜੇ ਹੋਏ ਨੇ ਸਾਡੇ ਦਰਸ਼ਕ, ਸਾਡੇ ਪਿਆਰੇ, ਸਾਡੇ ਦੋਸਤ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ ਜੀ? ਤੁਸੀਂ ਦੇਖ ਰਹੇ ਹੋ MH ਨਿਊਜ਼, ਅਤੇ ਮੈਂ ਤੁਹਾਡਾ ਆਪਣਾ ਹੋਸਟ ਅਤੇ ਦੋਸਤ ਹੰਟਰ। ਦੋਸਤੋ ਕਰਨ ਔਜਲੇ ਦੀ ਕੋਠੀ ਦੇ ਬਿਲਕੁਲ ਸਾਹਮਣੇ ਖੜ੍ਹੇ ਹਾਂ ਜੀ, ਪਿੱਛੇ ਕੰਮ ਚੱਲ ਰਿਹਾ। ਕੁਛ ਹੀ ਸਮੇਂ ਦੇ ਵਿੱਚ ਅੰਕਲ ਜੀ ਚਾਬੀ ਲੈਣ ਗਏ ਨੇ, ਗੇਟ ਖੋਲ੍ਹਾਂਗੇ ਆਪਾਂ, ਕੋਠੀ ਦੇ ਅੰਦਰੋਂ ਵੀ ਤੁਹਾਨੂੰ ਦਿਖਾਵਾਂਗੇ ਕਿ ਕੋਠੀ ਕਿਵੇਂ ਬਣ ਰਹੀ ਹੈ। ਵੈਸੇ ਜਿਹੜਾ ਗੇਟ ਹੈ ਕਾਫੀ ਵੱਡਾ ਲਗਾਇਆ ਗਿਆ ਹੈ ਗੱਡੀਆਂ ਵੱਡੀਆਂ ਲੰਘਣ ਨੂੰ, ਮੈਨੂੰ ਲੱਗਦਾ ਵੀ ਇੱਧਰ ਦੀ ਗੱਡੀ ਵਾੜ ਕੇ ਇੱਧਰ ਦੀ ਕੱਢ ਲਿਆ ਕਰਨਗੇ। ਵਧੀਆ ਖੁੱਲ੍ਹਾ ਡੁੱਲਾ ਬਣਾਇਆ ਜਾ ਰਿਹਾ,
ਅਤੇ ਦੋਸਤੋ ਵੈਸੇ ਅੱਜ ਬਾਰਿਸ਼ ਦਾ ਮੌਸਮ ਹੋਣ ਕਰਕੇ ਜਿਹੜੇ ਮਿਸਤਰੀ ਨੇ ਉਹਨਾਂ ਨੇ ਵੈਸੇ ਕੰਮ ਬੰਦ ਕੀਤਾ ਹੋਇਆ, ਪਰ ਤੁਹਾਨੂੰ ਅੰਦਰ ਜਾ ਕੇ ਅੰਕਲ ਜੀ ਆਉਂਦੇ ਨੇ ਚਾਬੀ ਲੈ ਕੇ ਕੋਠੀ ਖੋਲ੍ਹਦੇ ਹਾਂ ਅਤੇ ਫਿਰ ਦੇਖਦੇ ਹਾਂ ਅੰਦਰੋਂ ਵੀ ਕਿ ਕਿੱਦਾਂ ਦਾ ਨਜ਼ਾਰਾ। ਬਾਕੀ ਦੋਸਤੋ ਅੰਕਲ ਜੀ ਹੁਰੀ ਦੱਸ ਰਹੇ ਨੇ ਕਰਨ ਔਜਲਾ ਬਾਰੇ ਜੋ ਬਚਪਨ ਦੀਆਂ ਉਹਦੀਆਂ ਕਾਫੀ ਗੱਲਾਂ ਦੱਸ ਰਹੇ ਨੇ, ਸਾਰੀਆਂ ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ, ਵੀਡੀਓ ਦੇ ਵਿੱਚ ਸਾਂਝੀਆਂ ਕਰਾਂਗੇ, ਜੁੜੇ ਰਹੋ। ਦੋਸਤੋ ਜੇਕਰ ਤੁਸੀਂ ਫੇਸਬੁੱਕ ਤੇ ਸਾਡੇ ਨਾਲ ਜੁੜੇ ਹੋਏ ਤਾਂ ਪੇਜ ਨੂੰ ਫੋਲੋ ਜ਼ਰੂਰ ਕਰਨਾ, ਸ਼ੇਅਰ ਕਰਨਾ। ਜੇਕਰ ਦੋਸਤੋ ਤੁਸੀਂ ਯੂਟਿਊਬ ਦੇ ਉੱਤੇ ਇਹ ਵੀਡੀਓ ਦੇਖ ਰਹੇ ਹੋ ਤਾਂ ਇਸ ਚੈਨਲ ਸਬਸਕ੍ਰਾਈਬ ਕਰਕੇ ਆਪਣਾ ਪਿਆਰ ਜ਼ਰੂਰ ਬਣਾਏ ਰੱਖਣਾ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਦੋਸਤੋ ਫੇਸਬੁੱਕ 'ਤੇ ਵੀ ਲਾਈਕ ਕਰਨਾ, ਸ਼ੇਅਰ ਕਰਨਾ, ਯੂਟਿਊਬ 'ਤੇ ਵੀ ਲਾਈਕ ਕਰਨਾ, ਸ਼ੇਅਰ ਕਰਨਾ। ਤਾਂ ਆਓ, ਗੇਟ ਖੁੱਲ੍ਹ ਚੁੱਕਿਆ, ਆਪਾਂ ਦੇਖਦੇ ਹਾਂ ਫਿਰ ਅੰਦਰੋਂ ਕੋਠੀ ਨੂੰ ਤੁਰ ਫਿਰ ਕੇ। ਅੰਕਲ ਜੀ ਇੱਥੇ ਵੈਸੇ ਕੌਣ ਕੌਣ ਰਹਿ ਰਹੇ ਨੇ ਜੀ ਇਸ ਟਾਈਮ? ਇਸ ਟਾਈਮ ਚਾਚਾ ਚਾਚੀ ਵਾ ਬਸ, ਦੋਏ ਮੁੰਡਾ ਵਾ ਚਾਚੀ। ਇੱਕ ਚਾਚਾ ਚਾਚੀ ਰਹਿ ਰਹੇ ਨੇ ਜੀ, ਇੱਕ ਉਹਨਾਂ ਦਾ ਬੱਚਾ ਹੈ। ਹਮੇਸ਼ਾ ਹੀ ਆਪਾਂ ਕਹਿੰਦੇ ਵੀ ਸੁਣੇ ਹੋਇਆ ਕਰਨ ਔਜਲੇ ਨੂੰ ਕਿ ਮੰਮੀ ਡੈਡੀ ਕਰਨ ਔਜਲੇ ਦਾ ਹੈ ਨਹੀਂ, ਸਭ ਨੂੰ ਪਤਾ ਹੀ ਹੈ। ਅਤੇ ਦੋਸਤੋ ਨਾਲ ਇੱਕ ਗੱਲ ਦੱਸ ਦੇਵਾਂ, ਉਹ ਅਕਸਰ ਹੀ ਕਹਿੰਦੇ ਹੁੰਦੇ ਨੇ ਕਿ ਯਾਰ ਮੇਰੇ ਮੰਮੀ ਡੈਡੀ ਹੈ ਨਹੀਂ, ਮੈਂ ਕਰਕੇ ਕਿਹਨੂੰ ਦਿਖਾਵਾਂ? ਮਤਲਬ ਦਿਲ ਕਰਦਾ ਹੈ ਕਰਨ ਨੂੰ ਪਰ ਮੈਂ ਕਿਹਨੂੰ ਕਰਕੇ ਦਿਖਾਵਾਂ, ਕਿਉਂਕਿ ਮੰਮੀ ਡੈਡੀ ਹੈ ਨਹੀਂ। ਹਮੇਸ਼ਾ ਹੀ ਬੰਦਾ ਆਪਣੇ ਮੰਮੀ ਡੈਡੀ ਨੂੰ ਆਪਣੇ ਮਾਂ ਬਾਪ ਲਈ ਕਰਦਾ, ਉਹਨਾਂ ਨੂੰ ਕਰਕੇ ਦਿਖਾਉਂਦਾ ਕਿ ਦੇਖੋ ਤੁਹਾਡੇ ਬੱਚੇ ਨੇ ਇਹ ਮੁਕਾਮ ਹਾਸਲ ਕੀਤਾ, ਇਹ ਚੀਜ਼ ਬਣਾ ਲਈ ਹੈ। ਪਰ ਕਰਨ ਔਜਲੇ ਦੀ ਅਕਸਰ ਹੀ ਇਹ ਗੱਲ ਹੁੰਦੀ ਹੈ ਕਿ ਯਾਰ ਮੈਂ ਕਿਹਨੂੰ ਦਿਖਾਵਾਂ, ਮੇਰੇ ਦੇਖਣ ਵਾਲੀ ਕੋਈ ਹੈ ਨਹੀਂ। ਪਰ ਇੱਥੇ ਉਹਨਾਂ ਦੇ ਚਾਚਾ ਚਾਚੀ ਨੇ, ਉਹਨਾਂ ਦੇ ਵਾਸਤੇ ਕਰਨ ਔਜਲਾ ਬੜਾ ਵਧੀਆ ਜਿਹੜਾ ਮਕਾਨ ਬਣਾ ਰਿਹਾ, ਇਹ ਵੀ ਦੇਖਾਵਾਂਗੇ। ਪਰ ਚਾਰ ਆਪਾਂ ਗੱਲਾਂ ਕਰਨ ਔਜਲੇ ਬਾਰੇ ਕਰ ਲੈਂਦੇ ਹਾਂ। ਅੰਕਲ ਜੀ ਕਿੰਨਾ ਕੁ ਜਾਣਦੇ ਹੋ ਕਰਨ ਔਜਲਾ ਨੂੰ? ਪੂਰਾ ਜਾਣਦੇ ਜੀ, ਪਾਲੇ ਵਾਸਤੇ ਉੱਥਾਂ 'ਚ। ਅੰਕਲ ਜੀ ਜਿਵੇਂ ਅੱਜ ਕਰਨ ਔਜਲਾ ਸਟਾਰ ਹੈ, ਉਦੋਂ ਮਤਲਬ ਬਚਪਨ ਦੇ ਵਿੱਚ ਕਿਵੇਂ ਸੀ ਉਹਦਾ ਸੁਭਾਅ? ਬਚਪਨ ਤੋਂ ਲੱਗਦਾ ਸੀ ਉਹ ਕਲਾਕਾਰ ਬਣੂ? ਪਤਾ ਹੀ ਸੀ ਵੀ ਇੰਨਾ ਕੁਝ ਬਣ ਜੂਗਾ, ਵੀ ਇੱਥੇ ਤੱਕ ਚੜ੍ਹ ਕੇ ਕਰ ਲੂਗਾ। ਅੱਛਾ ਜੀ, ਉਹ ਸਾਡੇ ਹੱਥਾਂ 'ਚ ਪਲਿਆ। ਅੱਛਾ ਜੀ, ਹਾਂ ਸਾਡੇ ਹੱਥਾਂ 'ਚ ਜੰਮਣ ਕਰਕੇ ਤਾਂ ਸਾਨੂੰ ਪਤਾ, ਸਾਨੂੰ ਕੀ ਪਤਾ ਨਹੀਂ ਵੀ ਇੰਨੀ ਗੁੱਡੀ ਚੜ੍ਹ ਜੂ। ਹਾਂਜੀ, ਇਹ ਕੰਮਾਂ ਦੀਆਂ ਗੱਲਾਂ ਹੁੰਦੀਆਂ ਨੇ। ਹਾਂਜੀ, ਅੱਜ ਆਪਾਂ ਕਹਿੰਦੇ ਹਾਂ ਅੱਜ ਕੁਛ ਹੋਰ, ਕੱਲ੍ਹ ਕੁਛ ਹੋਰ। ਅੰਕਲ ਜੀ ਕਿੰਨੇ ਚਿਰਾਂ ਬਾਅਦ ਆਉਂਦਾ ਕਰਨ ਔਜਲਾ? ਸਾਲ ਬਾਅਦ ਆ ਜਾਂਦਾ ਜੀ ਇੱਥੇ। ਜਦੋਂ ਲੋਕ ਉਹਨੂੰ ਮਿਲਣ ਉਦੋਂ ਆਉਂਦੇ ਨੇ ਜਾਂ ਮਗਰ ਮੂਹਰੇ ਵੀ ਆਉਂਦੇ ਰਹਿੰਦੇ? ਮਗਰ ਮੂਹਰੇ ਵੀ ਆਉਂਦੇ ਹੀ ਰਹਿੰਦੇ ਨੇ ਇੱਥੇ, ਤਾਂ ਗੱਡੀਆਂ ਸਾਨੂੰ ਹੀ ਰਹਿੰਦੇ ਨੇ, ਜਿਹਨੂੰ ਪਤਾ ਲੱਗਦਾ ਵੀ ਆਉਣੇ ਆਉਣਾ ਕੀ ਨੂੰ ਹੁਣ, ਹਰੇਕ ਵਾਲਾ ਪਹਿਲਾਂ ਹੀ ਆ ਜਾਂਦਾ। ਅੰਕਲ ਜੀ ਜੇ ਆਪਾਂ ਗੱਲ ਕਰੀਏ ਵੀ ਕਰਨ ਔਜਲੇ ਦੇ ਸੁਭਾਅ ਦੀ, ਹੈ ਨਾ, ਤੁਸੀਂ ਬਚਪਨ ਤੋਂ ਜਾਣਦੇ ਹੋ, ਸੁਭਾਅ ਪਹਿਲਾਂ ਵਰਗਾ ਜਾਂ ਹੁਣ ਸਟਾਰ ਬਣ ਕੇ ਬਦਲ ਗਿਆ? ਉਹੀ ਸੁਭਾਅ ਆ ਜੀ, ਉੱਕਣੇ ਮਿਲਦਾ ਹਰੇਕ ਨੂੰ, ਉਹੀ ਸੁਭਾਅ ਸਾਰੇ ਕੋਲ। ਜਦੋਂ ਪਿੰਡ ਦੇ ਵਿੱਚ ਆ ਜਾਂਦਾ ਵੀ ਅੰਦਰ ਜੇ ਵੜ ਕੇ ਰਹਿੰਦਾ, ਚੰਡੀਗੜ੍ਹ ਰਹਿੰਦਾ ਜਾਂ ਪਿੰਡ 'ਚ ਮਿਲਦਾ ਲੋਕਾਂ ਨੂੰ? ਆ ਜਾ ਮਿਲਦਾ, ਆ ਕੇ ਗੁਰਦੁਆਰੇ ਜਾਂਦਾ ਸਾਰੇ, ਉਹ ਮਿਲਦਾ ਹਰੇਕ ਨੂੰ ਆ ਕੇ, ਇੱਥੇ ਆ ਜਾਂਦੇ ਨੇ। ਅੱਛਾ ਜੀ, ਹਾਂ ਤਿੰਨ ਗਾਣੇ ਕੱਢੇ ਨੇ ਇੱਥੇ ਪਿੰਡ ਦੇ ਵਿੱਚ। ਅੱਛਾ ਜੀ, ਹਾਂ ਇੱਕ ਗਾਣੇ 'ਚ ਮੈਂ ਵੀ ਹਾਂ। ਅੱਛਾ, ਤੁਸੀਂ ਵੀ ਹੋ? ਕਿਹੜਾ ਗਾਣਾ ਦੱਸ ਦੋਗੇ ਮਾੜਾ ਜਿਹਾ? ਕਿਹੜਾ ਗਾਣਾ? ਆਹ ਸੀਗਾ ਪਿੰਡ ਜੱਟ ਜੱਟ ਕਹਿੰਦੇ ਨੇ। ਅੱਛਾ, ਉਹ ਦੋਸਤ। ਅੱਛਾ, ਤੁਸੀਂ ਰੇਹੜੀ ਚਲਾ ਰਹੇ ਹੋ ਤੁਸੀਂ? ਹਾਂ ਰੇਹੜੀ ਚਲਾ ਰਹੇ। ਦੋਸਤੋ ਜੇ ਦੁਬਈ ਜਾਮਾ ਸ਼ੇਖ ਗਾਣਾ ਸੁਣਿਆ ਹੋਣਾ, ਪਿੰਡ ਜੱਟ ਜੱਟ ਕਹਿੰਦੇ ਜੇ ਦੁਬਈ ਜਾਮਾ ਸ਼ੇਖ, ਉਹਦੇ ਵਿੱਚ ਅੰਕਲ ਜੀ ਦਾ ਜਿਹੜਾ ਰੋਲ ਹੈ, ਇਹ ਅੰਕਲ ਜੀ ਨੇ ਰੋਲ ਕੀਤਾ ਰੇਹੜੀ ਚਲਾ ਕੇ, ਜਿਹੜਾ ਆ ਰਿਹਾ ਉਹ ਅੰਕਲ ਜੀ ਆ ਰਹੇ ਨੇ। ਅਤੇ ਅੰਕਲ ਜੀ ਹੁਣ ਉਹਨਾਂ ਨੇ ਕਦੋਂ ਆਉਣਾ? ਉਹ ਮੈਨੂੰ ਐਂ ਵੀ ਆਹ ਮਹੀਨੇ 'ਚ ਆ ਜਾਣਗੇ। ਅੱਛਾ, ਅਤੇ ਫਿਰ ਇੱਥੇ ਜਿਹੜੀ ਕੋਠੀ ਬਣ ਰਹੀ ਹੈ ਇਹਦੀ ਕਿਵੇਂ ਦੇਖ ਰੇਖ ਫਿਰ ਚਾਚਾ ਚਾਚੀ ਜੀ ਕਰ ਰਹੇ ਨੇ? ਨਹੀਂ, ਪਟਿਆਲੇ ਦਾ ਬੰਦਾ ਵਾ, ਉਹ ਕਰਦਾ ਵਾ। ਅੱਛਾ, ਹਾਂ ਸਾਰਾ ਸਮਾਨ ਸਮੂਨ ਮਿਸਤਰੀ ਮੁਸਤਰੀ ਉਹੀ ਉੱਪਰ ਤੇ ਕਰਦਾ ਸਾਰਾ ਕੁਛ। ਹਾਂ, ਤੇ ਅੰਕਲ ਜੀ ਜੇ ਗੱਲ ਕਰੀਏ ਆਪਾਂ ਚਾਚਾ ਚਾਚੀ ਜੀ ਦੀ, ਜਿਹਨਾਂ ਨੇ ਕਰਨ ਔਜਲਾ ਪਾਲਿਆ, ਉਹਨਾਂ ਦਾ ਸੁਭਾਅ ਕਿਵੇਂ ਦਾ, ਉਹ ਕਿਵੇਂ ਦੇ? ਠੀਕ ਨੇ, ਉਹ ਵੀ ਉੱਕਣੇ ਨੇ, ਐਨ ਹੱਸ ਕੇ ਬੋਲਦਾ ਉਹਨਾਂ ਨਾਲ, ਆਉਂਦੀ ਸਾਰ ਉਹਨਾਂ ਨੂੰ ਰੋਟੀ ਖਾਂਦਾ ਚੁੱਲ੍ਹੇ ਮੂਹਰੇ ਬਹਿ ਕੇ, ਕੋਈ ਗੱਲਬਾਤ ਨਹੀਂ, ਚੁੱਲ੍ਹੇ ਮੂਹਰੇ ਬਹਿ ਕੇ ਰੋਟੀ ਖਾਂਦਾ, ਮਤਲਬ ਮਾਂ ਬਾਪ ਵਾਲਾ ਹੀ ਪਿਆਰ ਬਣਿਆ, ਉਹੀ ਪਿਆਰ ਆ ਜੀ ਬਸ। ਤਾਂ ਆਓ ਦੋਸਤੋ, ਤੁਹਾਨੂੰ ਆਪਾਂ ਇਹ ਜਿਹੜੀ ਕੋਠੀ ਹੈ ਤੁਰ ਫਿਰ ਕੇ ਦਿਖਾਉਂਦੇ ਹਾਂ। ਤਾਂ ਦੋਸਤੋ ਇਹ ਹੈ ਕਰਨ ਔਜਲੇ ਦੀ ਕੋਠੀ,
ਪਟਿਆਲੇ ਦਾ ਬੰਦਾ ਜਿਹੜਾ ਇਹਦੀ ਦੇਖ ਰੇਖ ਕਰ ਰਿਹਾ ਪਟਿਆਲੇ ਤੋਂ ਵੀਰ, ਅਤੇ ਇਹ ਪੂਰਾ ਜਿਹੜਾ ਉਹਦਾ ਵਿਊ ਹੈ, ਮੈਂ ਥੋੜ੍ਹਾ ਜਿਹਾ ਦੂਰੋਂ ਵੀ ਕੋਠੀ ਦਾ ਜਿਹੜਾ ਵਿਊ ਪੂਰਾ ਦਿਖਾ ਦਿੰਦਾ। ਵੈਸੇ ਕਰਨ ਔਜਲੇ ਨੇ ਸ਼ਾਇਦ ਇਸੇ ਮਹੀਨੇ ਆ ਜਾਣਾ, ਕਹਿੰਦੇ ਵੀ ਬੜਾ ਚੰਗੇ ਸੁਭਾਅ ਦਾ, ਜਦੋਂ ਆਉਂਦਾ ਤਾਂ ਮਿਲਣਸਾਰ ਹੈ, ਉਹਨਾਂ ਦੇ ਪਰਿਵਾਰ ਦੇ ਮੈਂਬਰ ਖੜ੍ਹੇ ਨੇ। ਅਤੇ ਜੇਕਰ ਗੱਲ ਕਰੀਏ ਆਪਾਂ ਕਰਨ ਔਜਲੇ ਦੇ ਸੁਭਾਅ ਦੀ, ਕਹਿੰਦੇ ਵੀ ਜਿਵੇਂ ਜਦੋਂ ਬਚਪਨ ਦੇ ਵਿੱਚ ਜਿਵੇਂ ਕਰਨ ਔਜਲਾ ਸੀ, ਅੱਜ ਵੀ ਕਰਨ ਔਜਲਾ ਉਵੇਂ ਹੀ ਹੈ, ਮਤਲਬ ਸੁਭਾਅ ਦੇ ਵਿੱਚ ਸਟਾਰ ਬਣ ਗਿਆ, ਪਰ ਸੁਭਾਅ ਦੇ ਵਿੱਚ ਬਿਲਕੁਲ ਵੀ ਕੋਈ ਕਿਸੇ ਤਰ੍ਹਾਂ ਦਾ ਚੇਂਜ ਨਹੀਂ ਆਇਆ। ਤਾਂ ਜਿਹੜਾ ਪੂਰਾ ਕੋਠੀ ਦਾ ਵਿਊ ਮੈਂ ਤੁਹਾਨੂੰ ਦਿਖਾ ਦੇਵਾਂ, ਇਹ ਹੈ ਜੀ ਪੂਰਾ ਕੋਠੀ ਦਾ ਵਿਊ, ਆਹ ਤੁਸੀਂ ਦੇਖ ਸਕਦੇ ਹੋ। ਅਤੇ ਇਹਦੇ ਲਈ ਮੈਂ ਮਾਫੀ ਚਾਹੁੰਦਾ, ਨਹੀਂ ਤਾਂ ਮੈਂ ਅੰਦਰ ਵੀ ਜ਼ਰੂਰ ਜਾ ਕੇ ਦਿਖਾਉਣਾ ਸੀ। ਅੰਕਲ ਆਂਟੀ ਹੈ ਨਹੀਂ, ਹੈ ਨਾ, ਬਿਨਾਂ ਇਜਾਜ਼ਤ ਤੋਂ ਇਸ ਤੋਂ ਜ਼ਿਆਦਾ ਅੰਦਰ ਜਾਣਾ ਥੋੜ੍ਹਾ ਵਧੀਆ ਨਹੀਂ ਲੱਗਿਆ। ਵੈਸੇ ਤਾਂ ਅੰਕਲ ਜੀ ਵੀ ਉਹਨਾਂ ਦੇ ਪਰਿਵਾਰ 'ਚੋਂ ਨੇ, ਇਹਨਾਂ ਨੇ ਕਿਹਾ ਵੀ ਸੀ ਕਿ ਦੇਖ ਲਓ, ਪਰ ਸ਼ਾਇਦ ਮੈਨੂੰ ਲੱਗਦਾ ਵੀ ਇਜਾਜ਼ਤ ਤੋਂ ਬਿਨਾਂ ਅੰਦਰ ਜਾਣਾ ਠੀਕ ਨਹੀਂ ਹੈਗਾ। ਸੋ ਇੱਥੇ ਤੱਕ ਇਹਨਾਂ ਨੇ ਸਾਨੂੰ ਲਿਆਂਦਾ, ਕਹਿੰਦੇ ਵੀ ਚਲੋ ਇੱਥੇ ਖੜ੍ਹ ਕੇ ਆਪਾਂ ਜਿਹੜੀ ਗੱਲਬਾਤ ਕਰਨੀ ਹੈ ਕਰਨ ਔਜਲੇ ਬਾਰੇ, ਉਹ ਇੱਥੇ ਆਪਾਂ ਕਰ ਸਕਦੇ ਹਾਂ। ਤਾਂ ਦੋਸਤੋ ਇਹ ਉਹਨਾਂ ਦਾ ਟਰੈਕਟਰ ਵੀ ਖੜ੍ਹਾ, ਦੇਖ ਸਕਦੇ ਹੋ ਕਰਨ ਔਜਲੇ ਦਾ ਟਰੈਕਟਰ, ਸਪਲੈਂਡਰ ਵੀ ਖੜ੍ਹਾ। ਇਹ ਪੂਰਾ ਪਹਿਲਾਂ, ਕਿਉਂਕਿ ਦੋਸਤੋ ਜਿਹੜਾ ਇਹ ਵਾਲਾ ਘਰ ਹੈ ਇੱਧਰ ਤੁਹਾਨੂੰ ਦਿਖਾ ਰਿਹਾ ਮੈਂ, ਇੱਥੇ ਪਹਿਲਾਂ ਕਰਨ ਔਜਲਾ ਰਹਿੰਦੇ ਹੁੰਦੇ ਸੀਗੇ, ਹੈ ਨਾ, ਉਹਨਾਂ ਦੇ ਚਾਚਾ ਚਾਚੀ ਜੀ। ਇਹ ਪੁਰਾਣਾ ਘਰ ਆ ਉਹਨਾਂ ਦਾ, ਅਤੇ ਹੁਣ ਇਹਦੇ ਨਾਲ ਹੀ ਜਿਹੜੀ ਨਵੀਂ ਕੋਠੀ ਛੱਤੀ ਜਾ ਰਹੀ ਹੈ, ਬਣਾਈ ਜਾ ਰਹੀ ਹੈ, ਵੈਸੇ ਤਾਂ ਬਣ ਕੇ ਤਕਰੀਬਨ ਤਿਆਰ ਹੋ ਹੀ ਚੁੱਕੀ ਹੈ, ਪਰ ਇਸਦਾ ਜਿਹੜਾ ਕੰਮ ਹੈ ਉਹ ਹਜੇ ਅਨਕੰਪਲੀਟ ਹੈ, ਕੰਮ ਚੱਲਿਆ ਹੋਇਆ, ਅਤੇ ਛੇਤੀ ਬਣ ਜਾਏਗੀ। ਕਰਨ ਔਜਲਾ ਕੋਠੀ ਦੇਖਣ ਆ ਵੀ ਰਿਹਾ, ਸ਼ਾਇਦ ਕਹਿੰਦੇ ਵੀ ਇਸੇ ਮਹੀਨੇ ਆ ਵੀ ਜਾਵੇ। ਤਾਂ ਦੋਸਤੋ ਇਹ ਹੈ ਕੋਠੀ, ਅਤੇ ਲੋਕ ਕਹਿੰਦੇ ਆਉਂਦੇ ਰਹਿੰਦੇ ਆ ਵੀ, ਚਾਹੇ ਜਿਵੇਂ ਕਰਨ ਔਜਲਾ ਨਹੀਂ ਵੀ ਹੁੰਦਾ ਤਾਂ ਵੀ ਲੋਕ ਆ ਜਾਂਦੇ ਹੁੰਦੇ ਆ। ਤਾਂ ਇਹ ਪੂਰਾ ਵਿਊ ਹੈ ਜੀ ਘਰਾਲੇ ਪਿੰਡ ਦੇ ਵਿੱਚ, ਇਹ ਪੈਂਦਾ ਜੀ। ਇਹਨੂੰ ਤਹਿਸੀਲ ਕਿਹੜੀ ਲੱਗਦੀ ਹੈ ਜੀ? ਹਾਂਜੀ ਪਹਿਲ, ਹਾਂਜੀ ਹਾਂਜੀ ਪਹਿਲ ਲੱਗਦੀ ਹੈ ਜੀ। ਇਹਦੇ ਮੈਂ ਲੱਗਦਾ ਆਹ ਕਿਹੜਾ ਸੀਗਾ ਇੱਥੇ ਸ਼ਹਿਰ ਕਿਹੜਾ ਇਹ? ਖੰਨਾ। ਖੰਨੇ ਤੋਂ ਕਿੰਨੇ ਕਿਲੋਮੀਟਰ? 6-7 ਕਿਲੋਮੀਟਰ ਮਿਲਾ, 15 ਕਿਲੋਮੀਟਰ, 15 ਖੰਨੇ ਉਰੋਂ। ਹਾਂ ਖੰਨੇ ਤੋਂ 15 ਕਿਲੋਮੀਟਰ ਹੋਊਗਾ, ਲਾ ਲਓ ਜੀ। ਖੰਨੇ ਤੋਂ ਜੇ ਕਿਸੇ ਨੇ ਆਉਣਾ ਵੀ ਹੋਵੇ, ਖੰਨੇ ਤੋਂ 15 ਕਿਲੋਮੀਟਰ ਪੈਂਦਾ ਜੀ ਪਾਇਲ, ਜਿਹੜਾ ਇਹਨੂੰ ਜ਼ਿਲ੍ਹਾ ਆਪਣਾ ਤਹਿਸੀਲ ਲੱਗਦੀ ਹੈ, ਜ਼ਿਲ੍ਹਾ ਲੁਧਿਆਣਾ ਲੱਗਦਾ, ਖੰਨੇ ਦੇ ਨਾਲ ਹੀ ਆ ਬਸ, 15 ਕਿਲੋਮੀਟਰ ਲਾ ਲਓ, 12 ਕਿਲੋਮੀਟਰ ਲਾ ਲਓ, ਇੰਨਾ ਕੀ ਹੋਊਗਾ। ਇਹ ਹੈ ਜੀ ਪੂਰਾ ਜਿਹੜਾ ਕੋਠੀ ਦਾ ਵਿਊ ਹੈ ਜੀ। ਹਾਂਜੀ ਪਹਿਲਾਂ ਦੋਸਤੋ ਕਰਨ ਔਜਲਾ ਵੀ ਅਸੀਂ ਕਹਿੰਦੇ ਗਲੀਆਂ ਦੇ ਵਿੱਚ ਅਸੀਂ ਘੁੰਮਦਾ ਫਿਰਦਾ ਹੁੰਦਾ ਸੀ, ਇੱਦਾਂ ਹੀ ਜਿਵੇਂ ਬੱਚੇ ਫਿਰ ਰਹੇ ਨੇ। ਕਰਨ ਔਜਲਾ ਵੀ ਕਿਸੇ ਦਿਨ ਇੱਦਾਂ ਹੀ ਇਹਨਾਂ ਗਲੀਆਂ ਦੇ ਵਿੱਚ ਫਿਰਦਾ ਹੁੰਦਾ ਸੀ, ਪਰ ਅੱਜ ਪਰਮਾਤਮਾ ਦੀ ਇੰਨੀ ਕਿਰਪਾ ਹੋਈ ਕਿ ਸਟਾਰ ਬਣ ਗਿਆ। ਇਹ ਵੀ ਆਉਣ ਵਾਲੇ ਸਮੇਂ ਦਾ ਕਰਨ ਔਜਲਾ ਜੀ, ਅਤੇ ਇਹ ਰੋਡ ਦੇ ਉੱਤੋਂ ਜੀ ਥੋੜ੍ਹੀ ਦੂਰ ਆ, ਇਹ ਆਹ ਰੋਡ ਰਹਿ ਗਿਆ ਇੱਥੇ, ਜਿਹੜਾ ਇਹ ਵਾਲਾ ਗੇਟ ਹੈਗਾ, ਇਹ ਵਾਲਾ ਗੇਟ ਉਹ ਦਿਸ ਰਿਹਾ ਅੱਗੇ, ਉਹ ਸਾਹਮਣੇ ਕੋਠੀ ਦਿਸ ਰਹੀ ਆ, ਉਹ ਸੜਕ ਹੈ ਜੀ, ਉਹ ਤੋਂ ਸੜਕ ਤੋਂ ਸਿੱਧਾ ਆਵਾਂਗੇ, ਬਸ ਨੇੜੇ ਆ ਬਿਲਕੁਲ ਕੋਠੀ, ਬਾਹਰ ਲਿਖਿਆ ਵੀ ਹੋਇਆ ਕਿ ਰਿਹਾਇਸ਼ ਕਰਨ ਔਜਲਾ। ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਇੰਨੇ ਹੀ, ਮਿਲਦੇ ਹਾਂ ਕਿਸੇ ਨਵੀਂ ਵੀਡੀਓ, ਕਿਸੇ ਨਵੀਂ ਜਾਣਕਾਰੀ ਦੇ ਨਾਲ, ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ।